ਮੂਸੇਆਲਾ ਚੰਮ ਥੋੜੀ ਥੋੜੀ ਆ, ਜਿਵੇਂ ਸਿੱਧੂ ਮੂਸੇਆਲੇ ਨੇ ਕੀਤਾ ਉਵੇਂ ਦਲਜੀਤ ਦੋਸਾਂਝ ਨੇ ਕੀਤਾ। ਸਤਿ ਸ਼੍ਰੀ ਅਕਾਲ ਜੀ, ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਸੋ ਵੀਡੀਓ ਲੈ ਕੇ ਆਏ ਹਾਂ ਜੋ ਅੱਜ ਵਿਵਾਦ ਬੜਾ ਬਹੁਤ ਚੱਲ ਰਿਹਾ ਹੈ ਚਮਕੀਲੇ ਬਾਈ ਅਤੇ ਸਿੱਧੂ ਮੂਸੇਵਾਲਾ ਅਤੇ ਦਲਜੀਤ ਦੋਸਾਂਝ, ਜਿਹਦੇ ਵਿੱਚ ਸਿੱਧੂ ਮੂਸੇਵਾਲੇ ਅਤੇ ਚਮਕੀਲੇ ਨੂੰ ਇੱਕ ਮੰਨਿਆ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਦਲਜੀਤ ਦੋਸਾਂਝ ਦਾ ਜੋ ਉਹਦੇ ਪ੍ਰਤੀ ਵਿਵਾਦ ਛਿੜਿਆ ਹੈ। ਆਪਾਂ ਸਾਰੀ ਗੱਲਬਾਤ ਕਲੀਅਰ ਕਰਦੇ ਹਾਂ ਅਤੇ ਸਿੱਧੂ ਮੂਸੇਵਾਲੇ ਨੇ ਆਪਣੇ ਗਾਣੇ ਦੇ ਵਿੱਚ ਚਮਕੀਲੇ ਦਾ ਕੀ ਵਿਰੋਧ ਕੀਤਾ ਇਹ ਬਾਈ ਨੇ ਲਿਖਿਆ ਹੋਇਆ ਹੈ। ਆਪਾਂ ਗੱਲਬਾਤ ਪੂਰੀ ਕਲੀਨ ਕਰਦੇ, ਚੰਗੀ ਤਰ੍ਹਾਂ ਸਮਝਾਂਗੇ ਤੇ ਗੱਲਬਾਤ ਕਰਾਂਗੇ। ਆਓ ਵੀਡੀਓ ਦੇਖਣਾ ਕਰਦੇ ਹਾਂ, ਫਿਰ ਗੱਲਬਾਤ ਕਰਦੇ ਹਾਂ। ਸਿੱਧੂ ਮੂਸੇਵਾਲਾ ਕੀ ਬਾਈ ਸਿੱਧੂ ਨੂੰ ਨਹੀਂ ਪਸੰਦ ਸੀ ਚਮਕੀਲਾ ਅਤੇ ਦਲਜੀਤ ਦੋਸਾਂਝ ਦਾ, ਕਿਉਂ ਕੀਤਾ ਜਾ ਰਿਹਾ ਵਿਰੋਧ? ਇਹ ਦੋਨੋਂ ਹੀ ਖਬਰਾਂ ਨੂੰ ਵੀਡੀਓ ਵਿੱਚ ਬਹੁਤ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਗਿਆ ਹੈ। ਸੋ ਵੀਡੀਓ ਦੇ ਅਖੀਰ ਤੱਕ ਜ਼ਰੂਰ ਬਣੇ ਰਹੋ। ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਬਾਈ ਦਲਜੀਤ ਦੀ ਕੰਟਰੋਵਰਸੀ ਨੂੰ ਲੈ ਕੇ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਬਾਈ ਦਲਜੀਤ ਦੋਸਾਂਝ ਦੀ ਚਮਕੀਲਾ ਮੂਵੀ ਨੈੱਟਫਲਿਕਸ 'ਤੇ ਰਿਲੀਜ਼ ਹੋ ਚੁੱਕੀ ਹੈ। ਇੱਕ ਪਾਸੇ ਤਾਂ ਦਲਜੀਤ ਦੇ ਫੈਨਸ ਅਤੇ ਚਮਕੀਲਾ ਦੇ ਫੈਨਸ ਇਸ ਮੂਵੀ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕਈ ਲੋਕ ਇਸ ਮੂਵੀ ਦਾ ਬਹੁਤ ਜ਼ਿਆਦਾ ਵਿਰੋਧ ਵੀ ਕਰ ਰਹੇ ਹਨ। ਉਹਨਾਂ ਦੇ ਕਹਿਣ ਮੁਤਾਬਕ ਚਮਕੀਲਾ ਕੋਈ ਮਹਾਨ ਇਨਸਾਨ ਨਹੀਂ ਸੀ ਜਿਸ ਉੱਤੇ ਇਹ ਫਿਲਮ ਬਣੀ, ਮਤਲਬ ਕਿ ਉਸਨੇ ਕੋਈ ਬਹੁਤੇ ਚੰਗੇ ਗੀਤ ਨਹੀਂ ਗਾਏ। ਕਈ ਲੋਕ ਤਾਂ ਦਲਜੀਤ ਨੂੰ ਵੀ ਲੋੜ ਤੋਂ ਜ਼ਿਆਦਾ ਟਾਰਗੇਟ ਕਰ ਰਹੇ ਹਨ, ਜੋ ਤੁਸੀਂ ਸਕਰੀਨ ਉੱਪਰ ਇਹ ਕਮੈਂਟਸ ਦੇਖ ਰਹੇ ਹੋਵੋਗੇ। ਦਲਜੀਤ ਦੋਸਾਂਝ ਨੇ ਪੱਗ ਕਿਉਂ ਉਤਾਰੀ, ਕੇਸ ਕਿਉਂ ਕਟਵਾਏ, ਅਵਾਨੀਆਂ ਦੇ ਵਿਆਹ ਉੱਤੇ ਕਿਉਂ ਨੱਚਿਆ, ਇਹ ਮੁੱਦਾ ਤਾਂ ਹੁਣ ਤੱਕ ਵੀ ਚੱਕਿਆ ਹੋਇਆ ਹੈ। ਜੇਕਰ ਹੁਣ ਆਪਾਂ ਇਸ ਮੁੱਦੇ ਨੂੰ ਦੋਨੋਂ ਪੱਖ ਨਾਲ ਸੋਚੀਏ ਤਾਂ ਸ਼ਾਇਦ ਥੋੜ੍ਹਾ ਬਹੁਤ ਸੋਲਿਊਸ਼ਨ ਹੋ ਸਕਦਾ ਹੈ। ਪਹਿਲਾ ਪੱਖ, ਬਾਈ ਦਲਜੀਤ ਨੂੰ ਲੋਕ ਉਸਦੀ ਪੱਗ ਅਤੇ ਕੇਸਾਂ ਕਰਕੇ ਵੱਧ ਪਿਆਰ ਕਰਦੇ ਹਨ, ਕਿਉਂਕਿ ਬਾਈ ਦਲਜੀਤ ਅਤੇ ਸਿੱਧੂ ਨੇ ਸਾਡੀ ਪੱਗ ਨੂੰ ਬਹੁਤ ਉੱਪਰ ਤੱਕ ਹਾਈਲਾਈਟ ਕੀਤਾ ਹੈ। ਕੁਚੀਲਾ ਵਿੱਚ ਤਾਂ ਹੁਣ ਏ ਪੀ ਢਿੱਲੋਂ ਵੀ ਗਿਆ, ਪਰ ਜਦੋਂ ਦਲਜੀਤ ਗਿਆ ਤਾਂ ਉਸ ਨੂੰ ਪੰਜਾਬੀਆਂ ਨੇ ਹੱਦ ਤੋਂ ਵੀ ਵੱਧ ਪਿਆਰ ਦਿੱਤਾ, ਕਿਉਂਕਿ ਉਸਦੇ ਸਿਰ ਉੱਤੇ ਪੱਗ ਸੀ। ਅਤੇ ਜੇ ਹੁਣ ਆਪਾਂ ਦੂਜਾ ਪੱਖ ਰੱਖੀਏ ਤਾਂ ਹਰ ਇੱਕ ਬੰਦੇ ਦੀ ਆਪਣੀ ਪਰਸਨਲ ਲਾਈਫ ਹੁੰਦੀ ਹੈ, ਉਸ ਨੂੰ ਕਿਵੇਂ ਚੰਗਾ ਲੱਗਦਾ ਹੈ ਉਹ ਡਿਸਾਈਡ ਕਰਨਾ ਉਸਦਾ ਆਪਣਾ ਹੱਕ ਹੈ, ਆਪਾਂ ਕੌਣ ਹੁੰਦੇ ਹਾਂ ਕਿਸੇ ਨੂੰ ਜੱਜ ਕਰਨ ਵਾਲੇ। ਚਮਕੀਲਾ ਫਿਲਮ ਵਿੱਚ ਇਸ ਤਰ੍ਹਾਂ ਪਰਫਾਰਮ ਕਰਨਾ ਉਸਦਾ ਆਪਣਾ ਡਿਸੀਜਨ ਸੀ, ਆਪਾਂ ਨੂੰ ਕੋਈ ਹੱਕ ਨਹੀਂ ਕਿਸੇ ਬੰਦੇ ਉੱਤੇ ਇਹ ਥੋਪਣ ਦਾ ਕਿ ਤੂੰ ਇਹ ਕਰਨਾ ਤੇ ਇਹੀ ਕਰਨਾ। ਖੈਰ, ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਬਾਈ ਸਿੱਧੂ ਅਤੇ ਚਮਕੀਲੇ ਬਾਰੇ। ਚਮਕੀਲਾ ਮੂਵੀ ਰਿਲੀਜ਼ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਾਫੀ ਵੀਡੀਓਜ਼ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਚਮਕੀਲਾ ਤੇ ਸਿੱਧੂ ਦੀ ਫੋਟੋ ਲਾ ਕੇ ਇਹ ਗਾਣਾ ਲਾ ਦਿੰਦੇ ਹਨ, ਤੁੰਬੀ ਤਾਂਬੀ ਛੱਡ ਰੱਖੇ 3-15 ਸਿੱਧੂ ਮੂਸੇਵਾਲਾ ਚਮਕੀਲਾ ਥੋੜੀ ਹੈ। ਮਤਲਬ ਕਿ ਸਿੱਧੂ ਤਾਂ ਚਮਕੀਲੇ ਦੇ ਖਿਲਾਫ ਬੋਲਿਆ ਸੀ, ਜੇਕਰ ਇਹ ਖਿਲਾਫ ਬੋਲਿਆ ਸੀ ਤਾਂ ਫਿਰ ਆਹ ਕੀ ਸੀ? ਇੱਥੇ ਤਾਂ ਸਿੱਧੂ ਚਮਕੀਲੇ ਦਾ ਗਾਣਾ ਗਾ ਰਿਹਾ ਹੈ, ਇੱਕ ਪਾਸੇ ਰਿਪਲਾਈ ਤੇ ਦੂਜੇ ਪਾਸੇ ਚਮਕੀਲੇ ਦਾ ਗਾਣਾ ਗਾਇਆ। ਜੇਕਰ ਨਹੀਂ ਸਮਝੇ ਤਾਂ ਤੁਹਾਨੂੰ ਹੁਣ ਸਮਝਾਉਂਦੇ ਹਾਂ। ਪਾਵਰ ਗਾਣੇ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦਾ ਅਨਫਕਬਿਦੇਵਲ ਗਾਣਾ ਰਿਲੀਜ਼ ਹੋਇਆ ਸੀ, ਜਿਸ ਦੇ ਗਾਣੇ ਦੀ ਵੀਡੀਓ ਵਿੱਚ ਸਿੱਧੂ ਨੇ ਪੁਰਾਣੇ ਸਮੇਂ ਦਾ ਅਖਾੜੇ ਦਾ ਦ੍ਰਿਸ਼ ਦਿਖਾਇਆ ਸੀ, ਜਿਸ ਤਰ੍ਹਾਂ ਚਮਕੀਲੇ ਵਰਗੇ ਮਸ਼ਹੂਰ ਸਿੰਗਰ ਅਖਾੜਾ ਲਾਉਂਦੇ ਹੁੰਦੇ ਸੀ। ਅਤੇ ਇਸ ਤੋਂ ਪਹਿਲਾਂ ਸਿੱਧੂ ਆਪਣੇ ਇੰਸਟਾ ਅਕਾਊਂਟ ਉੱਤੇ ਲਾਈਵ ਵੀ ਆਇਆ ਸੀ, ਜੋ ਵੀਡੀਓ ਤੁਹਾਨੂੰ ਹੁਣੇ ਇਸ ਵੀਡੀਓ ਵਿੱਚ ਦਿਖਾ ਚੁੱਕੇ ਹਾਂ, ਜਿਸ ਵਿੱਚ ਬਾਈ ਸਿੱਧੂ ਚਮਕੀਲੇ ਦਾ ਗਾਣਾ ਗਾ ਰਿਹਾ ਹੁੰਦਾ ਹੈ। ਇੱਕ ਵਾਰ ਨਹੀਂ ਸਗੋਂ ਬਹੁਤ ਵਾਰ ਸਿੱਧੂ ਨੇ ਚਮਕੀਲਾ ਗਾਇਆ। ਜੇਕਰ ਸਿੱਧੂ ਨੂੰ ਚਮਕੀਲਾ ਨਹੀਂ ਪਸੰਦ ਸੀ ਤਾਂ ਚਮਕੀਲੇ ਦੇ ਗਾਣੇ ਉਸਨੇ ਕਿਉਂ ਗਾਏ? ਇਸ ਤੋਂ ਇਹ ਤਾਂ ਸਾਬਿਤ ਹੋ ਗਿਆ ਕਿ ਚਮਕੀਲੇ ਦੇ ਗਾਣਿਆਂ ਦਾ ਬਾਈ ਸਿੱਧੂ ਵੀ ਫੈਨ ਸੀ। ਗਾਇਕੀ ਦੀ ਕਲਾ ਹੋਣ ਕਰਕੇ ਸਿੱਧੂ ਨੂੰ ਚਮਕੀਲਾ ਵਧੀਆ ਲੱਗਦਾ ਸੀ,
ਪਰ ਜੇ ਹੁਣ ਪਾਵਰ ਗਾਣੇ ਦੀ ਗੱਲ ਕਰੀਏ ਕਿ ਸਿੱਧੂ ਨੇ ਇਸ ਗਾਣੇ ਵਿੱਚ ਕਿਉਂ ਕਿਹਾ ਤੂੰ ਵੀ ਤਾਂ ਵੀ ਛੱਡ ਰੱਖੇ 3-15 ਸਿੱਧੂ ਮੂਸੇਵਾਲਾ ਚਮਕੀਲਾ ਥੋੜ੍ਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਉਸ ਸਮੇਂ ਸਿੱਧੂ ਨੂੰ ਬਹੁਤ ਸਾਰੀਆਂ ਧਮਕੀਆਂ ਆਉਣ ਲੱਗ ਪਈਆਂ ਸੀ ਕਿ ਤੈਨੂੰ ਚਮਕੀਲੇ ਵਾਂਗ ਮਰਵਾ ਦੇਵਾਂਗੇ। ਜਿਸ ਤਰ੍ਹਾਂ ਚਮਕੀਲੇ ਦਾ ਸੀ ਉਸੇ ਤਰ੍ਹਾਂ ਸਿੱਧੂ ਨੂੰ ਮਾਰਨ ਦੀਆਂ ਪਲੈਨਿੰਗਾਂ ਬਣਾਈਆਂ ਜਾ ਰਹੀਆਂ ਸਨ। ਜਦੋਂ ਇਹਨਾਂ ਗੱਲਾਂ ਬਾਰੇ ਸਿੱਧੂ ਨੂੰ ਪਤਾ ਲੱਗਿਆ ਫਿਰ ਉਸ ਦਾ ਜਵਾਬ ਉਸ ਨੇ ਪਾਵਰ ਗਾਣੇ ਵਿੱਚ ਦਿੱਤਾ। ਵੈਸੇ ਤਾਂ ਕਾਫੀ ਗਾਣੇ ਵਿੱਚ ਸਿੱਧੂ ਇਸ ਤਰ੍ਹਾਂ ਦੇ ਜਵਾਬ ਦਿੰਦਾ ਰਹਿੰਦਾ ਸੀ। ਹੁਣ ਦੋਸਤੋ ਤੁਹਾਨੂੰ ਦੱਸ ਦਈਏ ਚਮਕੀਲੇ ਨਾਲ ਸਿੱਧੂ ਦਾ ਕੋਈ ਬੈਰ ਵਿਰੋਧ ਨਹੀਂ ਸੀ। ਜਸਟ ਇਹ ਦੱਸਿਆ ਸੀ ਵੀ ਕਿ ਮੈਂ ਚਮਕੀਲਾ ਨਹੀਂ ਜੋ ਤੂੰਬੀ ਲੈ ਕੇ ਘੁੰਮਦਾ ਫਿਰੂੰਗਾ ਕਿ ਮੇਰੇ ਕੋਲ ਹਰ ਵਕਤ ਡੱਬ ਨਾਲ ਹਥਿਆਰ ਟੰਗਿਆ ਰਹਿੰਦਾ ਹੈ। ਇਹ ਜਵਾਬ ਧਮਕੀਆਂ ਦੇਣ ਵਾਲਿਆਂ ਨੂੰ ਸੀ ਨਾ ਕਿ ਚਮਕੀਲੇ ਨੂੰ। ਹੁਣ ਦੋਸਤੋ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਹ ਵੀਡੀਓ ਨੂੰ ਅਖੀਰ ਤੱਕ ਦੇਖਿਆ ਹੋਵੇਗਾ। ਹੁਣ ਇਸ ਬਾਰੇ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਕੇ ਜਾਇਓ। ਧੰਨਵਾਦ। ਕੀ ਬਾਤ, ਇਹ ਸੀ ਗੱਲਬਾਤ ਜਿਹਦੇ ਵਿੱਚ ਸਾਰੀ ਗੱਲ ਕਲੀਅਰ ਕਰ ਦਿੱਤੀ ਹੈ ਬਾਈ ਨੇ ਕਿ ਸਿੱਧੂ ਮੂਸੇਵਾਲੇ ਨੇ ਜੇ ਚਮਕੀਲੇ ਬਾਰੇ ਗੱਲ ਕੀਤੀ ਉੱਥੇ ਗੱਲ ਤੂੰਬੀ ਦੀ ਕੀਤੀ ਹੈ ਕਿ ਜੇ ਉਹ ਤੂੰਬੀ ਲੈ ਕੇ ਨਾਲ ਤੁਰਦਾ ਸੀ ਅਤੇ ਮੈਂ ਕਹਿ ਲਈਏ ਡੱਬ ਦੇ ਵਿੱਚ ਰਿਵਾਲਵਰ ਲੈ ਕੇ ਤੁਰਦਾ। ਇਹ ਨਾ ਸਮਝਿਓ ਕਿ ਤੂੰਬੀ ਦੇ ਨਾਲ ਤੁਸੀਂ ਮੈਨੂੰ, ਕਿਉਂਕਿ ਅਟੈਕ ਹੋਇਆ ਸਿੱਧੂ ਮੂਸੇਵਾਲੇ 'ਤੇ ਬਹੁਤ ਕੁਝ। ਉਹਨੇ ਆਪਣੀ ਇਲੈਕਸ਼ਨ ਲੜਿਆ ਉਹ ਵੀ ਇਸ ਕਰਕੇ ਲੜਿਆ ਕਿ ਮੈਂ ਉੱਥੋਂ ਮੈਨੂੰ ਥੋੜ੍ਹੀ ਪਾਵਰ ਮਿਲ ਜਾਵੇਗੀ, ਜਿਸ ਪਾਵਰ ਦੇ ਨਾਲ ਇੱਕ ਸਿਕਿਉਰਿਟੀ ਟਾਈਟ ਹੋ ਜਾਊਗੀ ਅਤੇ ਮੈਂ ਖੁੱਲ੍ਹ ਕੇ ਚੀਜ਼ ਆਪਣੇ ਖਿੱਤੇ ਬਾਰੇ ਆਪਣੇ ਫਿਊਚਰ ਬਾਰੇ ਆਪਣੀ ਇਹ ਚੀਜ਼ਾਂ ਬਾਰੇ ਖੁੱਲ੍ਹ ਕੇ ਬੋਲ ਸਕਾਂਗਾ। ਬਾਕੀ ਜੋ ਵਿਰੋਧ ਕਰ ਰਹੇ ਨੇ ਦਲਜੀਤ ਦੋਸਾਂਝ ਦਾ, ਮੈਂ ਇਹੀ ਗੱਲ ਕਹਿੰਦਾ ਬਾਈ ਰਣਜੀਤ ਸਿੰਘ ਢੱਡਰੀਆਂ ਨੇ ਬੜੀ ਵਧੀਆ ਗੱਲਾਂ ਕੀਤੀਆਂ ਆਪਣੇ ਦੀਵਾਨ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਕਿ ਬਾਈ ਇੱਕ ਸਿੰਗਰ ਜਿਹੜਾ ਉਹਦਾ ਆਰਟ ਹੁੰਦਾ ਹੈ, ਉਹਦਾ ਕੰਮ ਕਰਨ ਦਾ ਤਰੀਕਾ ਹੁੰਦਾ ਹੈ, ਉਹਦੀ ਮਰਜ਼ੀ ਹੈ। ਜਦੋਂ ਉਹੀ ਦਲਜੀਤ ਦੋਸਾਂਝ ਨੇ ਗੈੱਟ 1984 'ਤੇ ਮੂਵੀ ਬਣਾਈ, ਕਹਿ ਲਈਏ ਕਿ ਆਹ ਪਿੱਛੇ ਕਹਿ ਲਈਏ ਦਲਜੀਤ ਜੋਗੀ ਮੂਵੀ ਆਈ, ਉਦੋਂ ਦਲਜੀਤ ਦੋਸਾਂਝ ਨੂੰ ਅਸੀਂ ਕਹਿ ਲਈਏ ਕਿ ਸਿੱਖ ਕੌਮ ਦੀ ਚੜ੍ਹਦੀ ਕਲਾ ਆਹ ਬੜਾ ਵਧੀਆ ਸੂਰਮਾ ਬਣਾ ਤਾ ਉਹਦੇ ਵਿੱਚ, ਪਰ ਜੇ ਉਹਨੇ ਆਪਣੀ ਮਰਜ਼ੀ ਦੇ ਨਾਲ ਇਹ ਮੂਵੀ ਹੁਣ ਚਮਕੀਲਾ ਬਣਾਈ ਅਤੇ ਅਸੀਂ ਗਿਰਦਾਰ ਬਣਾ ਤਾ। ਸਾਡੀ ਕੌਮ ਦੇ ਵਿੱਚ ਇਹ ਸਰਟੀਫਿਕੇਟ ਜਿਹੜੇ ਵੰਡੇ ਜਾਂਦੇ ਨੇ ਨਾ ਕਿ ਇੱਕ ਗਰਦਾਰੀ ਦੇ ਅਤੇ ਇੱਕ ਠੱਪੇ ਇਸ ਚੀਜ਼ ਦੇ, ਇਹ ਤਾਂ ਬਿਲਕੁਲ ਦੇਣੇ ਬੰਦ ਕਰੋ ਨਾ, ਕਿਉਂਕਿ ਉਹ ਠੱਪੇ ਦਿੰਦੇ ਨੇ ਜਿਨ੍ਹਾਂ ਦਾ ਆਪ ਕੁਝ ਕੀਤਾ ਨਹੀਂ ਹੁੰਦਾ। ਕਹਿੰਦੇ ਨਾ ਆਪ ਕੁਝ ਕਰਨਾ ਨਹੀਂ ਅਤੇ ਦੂਜੇ ਨੂੰ ਕਰ ਨਹੀਂ ਦੇਣਾ। ਜੇ ਉਹਨੇ ਬਾਈ ਬਣਾਈ ਹੈ ਮੂਵੀ ਅਤੇ ਜੇ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਤੁਸੀਂ ਚੰਗੇ ਸਹੀ ਦੇਖੋ, ਜੇ ਨਹੀਂ ਚੰਗੀ ਲੱਗਦੀ ਤਾਂ ਤੁਸੀਂ ਸੈਡ ਰਹੋ, ਅਗਲੇ ਦਾ ਆਰਟ ਹੈ ਉਹਨੂੰ ਕੰਮ ਕਰਨ ਦਿਉ। ਉਹਦੇ ਕੰਮ ਦਾ ਨਜ਼ਾਰਾ ਲਈਦਾ ਹੁੰਦਾ, ਜਿਵੇਂ ਭਾਈ ਰਣਜੀਤ ਸਿੰਘ ਨੇ ਗੱਲ ਕੀਤੀ ਉਹਦੇ ਕੰਮ ਦਾ ਜੋ ਕੀਤਾ ਹੈ ਨਾ ਉਹਨੂੰ ਦੇਖ ਕੇ, ਜੇ ਤੁਹਾਨੂੰ ਪਸੰਦ ਹੈ ਤਾਂ ਦੇਖੋ, ਜੇ ਨਹੀਂ ਪਸੰਦ ਹੈ ਤਾਂ ਨਾ ਦੇਖੋ। ਮੈਂ ਕਹਿੰਦਾ ਕਿ ਜਦੋਂ ਤੋਂ ਆਹ ਚਮਕੀਲਾ ਮੂਵੀ ਆਈ ਹੈ ਨਾ ਸੋਸ਼ਲ ਮੀਡੀਆ 'ਤੇ ਜ਼ਿਆਦਾ ਚਮਕੀਲਾ 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 ਹੀ ਚੱਲ ਰਿਹਾ। ਚਲੋ ਅਲੱਗ ਗੱਲ ਹੈ, ਬਾਈ ਨੇ ਜਿਸ ਤਰੀਕੇ ਦੇ ਨਾਲ ਵੀ ਗਾਣੇ ਗਾਏ ਆਪਣੇ ਜੀਵਨ ਦੇ ਵਿੱਚ, ਜੋ ਮਰਜ਼ੀ ਗਾਇਆ, ਚੰਗੇ ਵੀ ਗਾਏ ਮਾੜੇ ਵੀ ਗਾਏ, ਸੋ ਸਭ ਕੁਝ, ਮੈਂ ਇਹੀ ਕਹਿੰਦਾ ਹੁੰਦਾ ਕਿ ਜੇ ਕੋਈ ਵੀ ਸਿੰਗਰ ਹੈ ਜੇ ਉਹਦਾ ਚੰਗੀ ਚੀਜ਼ ਤੁਹਾਨੂੰ ਲੱਗਦੀ ਹੈ ਉਹ ਚੰਗੀ ਚੁੱਕ ਲਓ, ਮਾੜੀ ਚੀਜ਼ ਭਰਾ ਛੱਡ ਦਿਉ, ਕਿਉਂਕਿ ਹਰ ਚੀਜ਼ ਸਾਨੂੰ ਹੁਣ ਡਿਪੈਂਡ ਸਾਡੇ 'ਤੇ ਕਰਦਾ ਹੈ ਅਸੀਂ ਕੀ ਸੁਣ ਰਹੇ ਹਾਂ, ਅਸੀਂ ਕੀ ਚੁੱਕ ਰਹੇ ਹਾਂ। ਬਾਬਾ ਨਨਕਾਣਾ ਚਮਕੀਲੇ ਦਾ ਹੀ ਗਾਇਆ ਹੋਇਆ ਇਹ ਸੌਂਗ, ਹੁਣ ਉਹਦੇ 'ਚੋਂ ਚੰਗਾ ਚੰਗਾ ਚੁੱਕ ਕੇ ਸੈਡ ਰੱਖ ਲਓ, ਮਾੜਾ ਲੱਗਦਾ ਤਾਂ ਉਹ ਨਾ ਸੁਣੋ ਯਾਰ, ਉਹ ਕਹਿੰਦਾ ਕਿ ਕਿਹੜਾ ਕਿ ਘਰੇ ਆ ਕੇ ਸੁਣਾਉਣ ਜਾਂਦਾ। ਇਹੀ ਚੀਜ਼ਾਂ ਮੂਵੀ ਦੇ ਵਿੱਚ ਵੀ ਰਿਵਿਊ ਬੜਾ ਸੋਹਣਾ ਦਿਖਾਇਆ ਗਿਆ ਹੈ ਕਿ ਉਹ ਕਿਸੇ ਦੇ ਕਹਿ ਲਈਏ ਕਿ ਧੱਕੇ ਦੇ ਨਾਲ ਕਿਸੇ ਅਖਾੜੇ ਲਾਉਣ ਨਹੀਂ ਜਾਂਦਾ ਸੀ, ਜਿਵੇਂ ਅੱਜ ਕਹਿ ਲਈਏ ਕਿ ਧੱਕਿਆਂ ਦੇ ਨਾਲ ਕਈ ਦੀਵਾਨ ਰੁਕਣ ਜਾਂਦੇ ਨੇ, ਕਈ ਕਹਿ ਲਈਏ ਆਹ ਕਰਨ ਜਾਂਦੇ ਨੇ, ਉਹ ਧੱਕਾ ਨਹੀਂ ਕਰਦਾ ਹੁੰਦਾ ਸੀ, ਉਹਨੂੰ ਬੁਲਾਇਆ ਜਾਂਦਾ ਸੀ, ਉਹਦੇ ਕੋਲ ਗਾਣੇ ਗਵਾਏ ਜਾਂਦੇ ਸੀ, ਉਹ ਕਹਿੰਦਾ ਮੈਂ ਚੰਗਾ ਗਾਉਣਾ ਹੈ, ਗਾ ਅਖਾੜਿਆਂ ਦੇ ਵਿੱਚ ਕਹਿੰਦਾ ਕਿ ਹੁਣ ਮੈਂ ਛੱਡ ਦਿੱਤਾ ਮਾੜਾ ਗਾਉਣਾ, ਮੈਂ ਚੰਗਾ ਗਾਇਆ ਕਰਦਾ, ਉਹਨੂੰ ਧੱਕਾ ਕੀਤਾ ਜਾਂਦਾ ਸੀ ਕਿ ਤੂੰ ਨਹੀਂ ਤੂੰ ਆਹ ਗਾ ਤਾਂ ਤੇਰਾ ਅਖਾੜਾ ਵਧੀਆ ਲੱਗੇਗਾ ਸਾਨੂੰ। ਸੋ ਜਿਹੜਾ ਜਿਹਨੂੰ ਸੁਣਦਾ ਹੈ ਸੁਣ ਦਿਉ, ਪਰ ਬਾਈ ਮੈਂ ਕਹਿੰਦਾ ਕਿ ਦਲਜੀਤ ਦੋਸਾਂਝ ਦੀ ਸਭ ਤੋਂ ਵੱਡੀ ਗੱਲ ਆ ਪੱਗ ਬੰਨ੍ਹ ਕੇ ਨਾ ਅਗਲੇ ਪੰਜਾਬੀਆਂ ਦੀ ਸ਼ਾਨ ਉੱਚੀ ਕੀਤੀ, ਉਹਨੇ ਆਹ ਗੱਲ ਠੋਕ ਕੇ ਕਹੀ ਕਿ ਬਾਲੀਵੁੱਡ ਵਾਲੇ ਆਹ ਕਹਿੰਦੇ ਸੀ ਆਹ ਪੰਜਾਬੀ ਕਰ ਨਹੀਂ ਸਕਦਾ, ਆਹ ਪੱਗ ਬੰਨ੍ਹੀ ਵਾਲਾ ਕਰ ਨਹੀਂ ਸਕਦਾ, ਆਹ ਪੰਜਾਬੀ ਕਰ ਨਹੀਂ, ਕਹਿੰਦਾ ਮੈਂ ਤਾਂ ਕਰਕੇ ਦੇਖਾਂ।
ਸੋ ਪ੍ਰਾਊਡ ਮਹਿਸੂਸ ਕਰਿਆ ਕਰੋ ਕਿ ਕੋਈ ਪੰਜਾਬੀ ਸਿੰਗਰ ਇੰਨੇ ਉੱਚੇ ਲੈਵਲ ਦਾ ਕੰਮ ਕਰ ਰਿਹਾ ਜਿਵੇਂ ਸਿੱਧੂ ਮੂਸੇਵਾਲੇ ਨੇ ਕੀਤਾ, ਉਵੇਂ ਦਲਜੀਤ ਦੋਸਾਂਝ ਨੇ ਕੀਤਾ। ਪਰ ਅਸੀਂ ਐਵੇਂ ਛੋਟੀਆਂ ਮੋਟੀਆਂ ਗੱਲਾਂ ਦੇ ਵਿਵਾਦ ਬਣਾ ਕੇ ਐਵੇਂ ਨਾ ਭੁੜਕਿਆ ਕਰੀਏ। ਸ਼ੁਕਰ ਮੈਂ ਕਰਦਾ ਕਿ ਉਹ ਨੈੱਟਫਲਿਕਸ 'ਤੇ ਲੱਗੀ ਸੀ, ਜੇ ਸਿਨੇਮੇ ਹੌਲਾਂ ਦੇ ਵਿੱਚ ਲੱਗੀ ਹੁੰਦੀ ਨਾ ਤਾਂ ਜਿਹੜੇ ਆ ਦੋ ਚਾਰ ਘੁੰਮਦੇ ਫਿਰਦੇ ਨੇ ਨਾ ਜਿਹੜੇ ਵਿਰੋਧੀ, ਇਹਨਾਂ ਨੇ ਸਿਨੇਮੇ ਭੰਨਣ ਚਲ ਜਾਣੇ ਸੀ। ਹੁਣ ਨੈੱਟਫਲਿਕਸ ਨੂੰ ਭੰਨ ਲਓ ਆਪਣੇ ਮੋਬਾਈਲ। ਸੋ ਦੱਸਣਾ ਕਿਵੇਂ ਦੀ ਵੀਡੀਓ ਲੱਗੀ, ਦਿੱਤਾ ਹੋਇਆ ਰਿਐਕਸ਼ਨ ਕਿਵੇਂ ਦਾ ਲੱਗਾ। ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੀ ਹੈ। ਸਤਿ ਸ਼੍ਰੀ ਅਕਾਲ, ਬਾਏ ਬਾਏ।